ਇੰਗਲੈਂਡ ਦਾ ਵਾਰਸਾ ਉਹ ਤੋਂ ਬਾਅਦ ਜਿਹੜਾ ਬਿਲਕੁਲ ਯੂਕਰੇਨ ਦੇ ਬਾਰਡਰ ਤੇ ਉੱਥੇ ਖੜੇ ਔਰ ਬੱਚੇ ਜਿਹੜੇ ਸਾਰੇ ਨੇ ਇਹ ਹੁਣ ਦਿੱਲੀ ਦੀ ਫਲਾਈਟ ਜਿਹੜੀ ਹੈ ਇਹ ਸੈਕਿੰਡ ਫਲਾਈਟ ਦਿੱਲੀ ਦੀ ਚੱਲੀ ਹੈ ਔਰ ਮੋਸਟਲੀ ਬੱਚੇ ਜਿਹੜੇ ਖਾਰਕੀ ਦੇ ਨੇ ਡਾਇਮੰਡ ਜੀ ਨੇ ਚੰਡੀਗੜ੍ਹ ਤੋਂ ਨੇ ਔਰ ਇਹਨਾਂ ਦੇ ਸਾਰੇ ਬੱਚੇ ਨਾਲ ਜਿਨ੍ਹਾਂ ਨੂੰ ਇਹਨਾਂ ਰੈਸਕਿਊ ਕੀਤਾ ਹੈ ਬੇਸਿਕਲੀ ਇਹ ਇਹ ਹੀਰੋ ਨੇ ਜਿਨ੍ਹਾਂ ਨੇ ਮਤਲਬ ਪਰਿਵਾਰ ਇਹਨਾਂ ਨੂੰ ਬੱਚਿਆਂ ਨੂੰ ਕੱਢਣ ਵਾਸਤੇ ਪੁਲੀਸਾਂ ਵੀ ਲੜੇ ਨੇ ਝਗੜੇ ਵੀ ਨੇ ਔਰ ਇੱਕ ਇੱਕ ਬੱਚੇ ਨੂੰ ਇਹਨਾਂ ਨੇ ਕੱਢ ਕੇ ਜਿਹੜੇ ਇੱਕ ਤਰੀਕ ਦੇ ਲਾਗੇ ਪੈਂਦੇ ਜਦੋਂ ਬੱਚੇ ਆਏ ਉਹ ਨਹੀਂ ਜਦੋਂ ਐਡਵਾਈਜ਼ਰੀ ਜਾਰੀ ਕੀਤੀ ਸਰਕਾਰ ਨੇ ਖਾਰਕੀ ਖਾਲੀ ਕਰ ਲਈ ਅਤੇ ਉਸ ਤੋਂ ਪਹਿਲਾਂ ਦੇ ਜਿਹੜੇ ਸਟੂਡੈਂਟ ਸੀ ਉਹ ਪਹੁੰਚ ਚੁੱਕੇ ਔਰ ਇਹਨਾਂ ਸਭ ਤੋਂ ਵੱਡੀ ਗੱਲ ਇਹ ਵੀ ਜੇ ਪਹੁੰਚਣ ਤੋਂ ਬਾਅਦ ਜਿਹੜਾ ਪਹਿਲਾਂ ਸਾਡੇ ਬਹੁਤ ਵੱਡੇ ਅਸੀਂ ਮਤਲਬ ਕਸ਼ਟ 'ਚੋਂ ਲੰਘ ਕੇ ਆਏ ਹਾਂ ਕਈ ਬੱਚੇ ਤਾਂ ਪੈਦਲ ਵੀ ਚੱਲ ਕੇ ਜਿਹੜੇ ਲਾਗੇ ਲਾਗੇ ਕਰਨ ਸੀ ਉਹਨਾਂ ਦੇ ਪੈਰ ਵੀ ਸੁੱਜ ਗਏ ਔਰ 18-18, 20-20 ਘੰਟੇ ਇਹਨਾਂ ਨੂੰ ਉੱਥੇ ਬਾਰਡਰਾਂ ਦੇ ਉੱਤੇ ਵੀ ਬਿਤਾਉਣਾ ਪਿਆ ਕਿਤੇ ਯੂਕਰੇਨ ਦੀ ਪੁਲਿਸ ਰੋਕ ਲਈ ਸੀ ਕਿਤੇ ਸਾਡੇ ਅੰਬੈਸੀ ਦੇ ਬੱਚੇ ਲੋਕ ਘੱਟ ਸੀ ਉੱਥੇ ਰਿਸੀਵ ਕਰਨ ਵਾਲੇ ਇੱਕ ਦੋ ਦੋ ਤਿੰਨ ਤਿੰਨ ਪਰਸਨ ਇਹਨਾਂ ਨਾਲ ਆਏ ਸੀ ਉਹ ਵੀ ਕਿੰਨਾ ਕੰਮ ਕਰ ਸਕਦੇ 18-18 ਘੰਟੇ ਵੀ ਵਿਚਾਰੇ ਕੰਮ ਕਰਦੇ ਉਹ ਵੀ ਨਹੀਂ ਇਹਨਾਂ ਨੂੰ ਰਿਸੀਵ ਕਰ ਸਕਦੇ ਅਤੇ ਇਹਨਾਂ ਨੇ ਕਸ਼ਟ ਦੀ ਗੱਲ ਕੀਤੀ ਕਿ ਜਦੋਂ ਅਸੀਂ ਟੱਪ ਕੇ ਆ ਗਏ ਫਿਰ ਜਦੋਂ ਪੋਲੈਂਡ ਵਾਲੀ ਸਾਈਡ 'ਤੇ ਟ੍ਰੇਨਾਂ ਦੇ ਵਿੱਚ ਬੰਦਿਆਂ ਨੇ ਬਹੁਤ ਮਤਲਬ ਲੰਗਰ ਵੀ ਲੰਗਰ ਵਾਂਗੂ ਇੱਥੋਂ ਲੋਕਲ ਜਿਹੜੇ ਪੋਲਿਸ਼ ਦੇ ਲੋਕ ਸੀ ਉਹਨਾਂ ਨਾਲ ਮਦਦ ਕੀਤੀ ਪੰਜਾਬੀ ਭਾਈਚਾਰੇ ਨੇ ਖਾਸ ਕਰ ਗੁਰੂ ਘਰਾਂ ਦਾ ਇਹਨਾਂ ਨੇ ਸਪੋਰਟ ਕੀਤਾ ਕਿ ਉਹ ਜਿਹੜੇ ਗੁਰੂ ਘਰ ਜਿਹੜੇ ਖੁੱਲ੍ਹੇ ਨੇ ਉਹਦੇ ਕਰਕੇ ਵਾਪਸ ਦਾ ਜਿਹੜਾ ਗੁਰੂ ਘਰ ਸਿੰਘ ਸਭਾ ਗੁਰਦੁਆਰਾ ਹੈ ਉਹਦਾ ਬਹੁਤ ਵੱਡਾ ਇੱਕ ਰੋਲ ਰਿਹਾ ਇਸ ਕੰਮ ਦੇ ਵਿੱਚ ਯੋਗਦਾਨ ਰਿਹਾ ਔਰ ਉਹਦੇ ਨਾਲ ਨਾਲ ਮੈਂ ਦੱਸਣਾ ਇਹਨਾਂ ਜਿਹੜੇ ਜੇ ਸਿੰਘ ਨੇ ਜਾਂ ਭਾਈ ਅਮਰੀਕ ਸਿੰਘ ਨੇ ਉਹਨਾਂ ਨੇ ਵੱਧ ਕੇ ਸਾਡੇ ਮੈਂਬਰ ਫਿਰ ਇਹਨਾਂ ਨੇ ਹਿੰਦੂ ਭਵਨ ਮੰਦਰ ਹੈ ਸਿੰਧੀ ਭਰਾਵਾਂ ਦਾ ਉਹ ਖਲਾਇਆ ਉੱਥੇ ਵੀ ਬੜਾ ਵੱਡਾ ਇੱਕ ਮੰਦਰ ਹੈ ਉਹਦੇ ਵਿੱਚ ਅੱਜ ਮੈਂ ਦੇਖਿਆ ਕਿ ਮਤਲਬ ਹਜ਼ਾਰਾਂ ਦੀ ਤਾਦਾਦ 'ਚ ਉੱਥੇ ਜਿਹੜੇ ਸਟੂਡੈਂਟ ਸੀ ਉਹਨਾਂ ਨੇ ਇਹਨਾਂ ਚੱਲਿਆ ਔਰ ਅੱਜ ਅਲਟੀਮੇਟ ਹੁਣ ਇਹਨਾਂ ਦੀ ਫਲਾਈਟ ਜਿਹੜੀ ਹੈ ਦਿੱਲੀ ਨੂੰ ਜਾਣੀ ਹੈ ਔਰ ਹੁਣ ਅਸੀਂ ਇਹ ਸਾਰੇ ਇੱਥੇ ਨੇ ਹੁਣ ਮੈਂ ਇਸ ਤੋਂ ਬਾਅਦ ਕੱਲ੍ਹ ਸਵੇਰੇ ਬਾਰਡਰ ਦੇ ਉੱਤੇ ਬਿਲਕੁਲ ਯੂਕਰੇਨ ਦੇ ਜਿੱਥੋਂ ਬੱਚੇ ਆਉਂਦੇ ਨੇ ਕੱਲ੍ਹ ਉੱਥੇ ਜਿਹੜਾ ਉਹ ਸਵੇਰੇ ਪਹੁੰਚਾਂਗੇ ਔਰ ਰੈਸਕਿਊ ਕਰਾਂਗੇ ਔਰ ਸਾਡੀ ਸਭ ਤੋਂ ਵੱਡੀ ਕੋਸ਼ਿਸ਼ ਖਾਰਕੀ ਜਿਹੜੇ ਬੱਚੇ ਹੁੰਦੇ ਜਿਹੜੇ ਈਸਟਰਨ ਯੂਕਰੇਨ ਦੇ ਵਿੱਚ ਨੇ ਉਹਨਾਂ ਨੂੰ ਕਿੱਦਾਂ ਵਾਪਸ ਲੈ ਕੇ ਉਹਦਾ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਪੰਜਾਬ ਹੀ ਪੰਜਾਬ ਵੀ ਜਿੰਨੇ ਵੀ ਜਿੱਥੇ ਜਿੱਥੇ ਵਸੇ ਨੇ ਹਰ ਇੰਡੀਅਨ ਵੀ ਖਾਸ ਕਰ ਪੰਜਾਬੀ ਸਭ ਤੋਂ ਵੱਧ ਅਮੈਰੀਕਾ ਤੋਂ ਵੀ ਸੰਗਤਾਂ ਪਹੁੰਚਦੀਆਂ ਨੇ ਯੂਕੇ ਤੋਂ ਵੀ ਪਹੁੰਚਦੀਆਂ ਜਿੱਦਾਂ ਹੰਗਰੀ ਰੋਮਾਨੀਆ ਸਲੋਵਾਕੀਆ ਸਾਰੀ ਜਗ੍ਹਾ ਦੇ ਬਾਹਰ ਲੰਗਰ ਵੀ ਲਾਏ ਨੇ ਟੈਂਟ ਵੀ ਲਾਏ ਨੇ ਔਰ ਪੂਰਨ ਤੌਰ 'ਤੇ ਬੱਚਿਆਂ ਦੀ ਦੇਖਭਾਲ ਵੀ ਤਗੜੇ ਹੋਏ ਨੇ ਜਿਹਨਾਂ ਕੋਲ ਨਹੀਂ ਗੁਜਾਇਸ਼ ਹੈ ਕਿ ਉਹਨਾਂ ਨੂੰ ਕੁਛ ਨਾ ਕੁਛ ਮਦਦ ਟਿਕਟ ਕਰਕੇ ਜਾਂ ਸੱਜੇ ਖੱਬੇ ਕਿਤੇ ਜਾਣ ਆਉਣ ਦੀ ਲੋੜ ਪੈਂਦੀ ਉਹ ਵੀ ਸਾਰੀ ਮਦਦਾਂ ਪੂਰੀਆਂ ਕਰ ਰਹੇ ਨੇ ਇਹ ਇੱਕ ਵਿਲੱਖਣ ਚੀਜ਼ ਵੇਖਣ ਨੂੰ ਮਿਲੀ ਹੈ ਕਿ ਹਿੰਦੂ ਸਿੱਖ ਭਾਈਚਾਰੇ ਨੇ ਰਲ ਕੇ ਜਿਹੜੀ ਇੱਕ ਇਸ ਮੁਹਿੰਮ ਦੇ ਵਿੱਚ ਯੋਗਦਾਨ ਪਾਇਆ ਖਾਸ ਕਰ ਜਿਹੜੇ ਪੰਜਾਬੀ ਭਰਾ ਨੇ ਉਹਨਾਂ ਨੂੰ ਜ਼ਰੂਰ ਹੈ ਟੈਕਸੀ ਵਾਲੇ ਹੋ ਗਏ ਵੱਡੇ ਬਿਜ਼ਨਸਮੈਨ ਹੋ ਗਏ ਜਿੰਨਾ ਵੀ ਕਿਸੇ ਤੋਂ ਤਿਲ ਕੋਲ ਹੋਇਆ ਉਹਨੇ ਯੋਗਦਾਨ ਆਪਣਾ ਪਾਇਆ ਇਹ ਡਾਇਮੰਡ ਹੈ ਇਹਨਾਂ ਦੀ ਸਾਰੀ ਬੱਚੇ ਸਾਰੇ ਮੇਰਾ 250-300 ਬੱਚਾ ਇਸ ਫਲਾਈਟ 'ਚ ਜਾਏਗਾ ਤੁਸੀਂ ਇੱਧਰ ਦਿਖਾ ਸਕਦੇ ਲਾਸਟ ਤੱਕ ਇਹ ਥੋੜ੍ਹਾ ਆਪ ਤੁਸੀਂ ਘੁੰਮ ਕੇ ਥੋੜ੍ਹਾ ਦਿਖਾ ਦਿਆ ਕਿ ਬੱਚੇ ਸਾਰੇ ਜਾ ਰਹੇ ਆ